ये बात है उस जमाने की। मेरे इंटरव्यू तो उतना पता लग ही गया होगा, क्योंकि आज है संडे, इसलिए टुडे स्टोरी टाइम व्लॉगस वाली वीडियोस। ਆਪਾਂ ਉਹਨਾਂ ਦੇ ਰੀਅਲ ਨੇਮ ਤੇ ਲੈ ਨਹੀਂ ਸਕਦੇ। ਆਹ ਵੀਡੀਓ ਵਿੱਚ ਉਹਨਾਂ ਦੇ ਡੁਪਲੀਕੇਟ ਨਾਮ ਬਣਾਏ, ਫੇਕ ਨੇਮ ਰੱਖੇ। ਮੈਂ ਉਹਨਾਂ ਦੇ ਪਹਿਲੇ ਕਰੈਕਟਰ ਦਾ ਨਾਮ ਆ ਸਚਿਨ, ਉਹਦਾ ਰੀਅਲ ਨੇਮ ਹੀ ਆ ਸਚਿਨ, ਤੇ ਦੂਜਾ ਕਰੈਕਟਰ ਆ ਮੈਂ ਖੁਦ। ਇਹ ਸਟੋਰੀ ਆ 3rd ਕਲਾਸ ਦੀ। ਮੈਂ ਤੇ ਸਚਿਨ ਨੇ ਇਕੱਠੇ, ਆਪਾਂ ਦੋਵਾਂ ਨੇ ਸਕੂਲੇ ਜਾਇਆ ਕਰਨਾ, ਤੇ ਫਿਰ ਆਪਾਂ ਦੋਵਾਂ ਨੇ ਇਕੱਠੇ ਸਕੂਲੋਂ ਘਰ ਵਾਪਸ ਆਇਆ ਕਰਨਾ। ਫਿਰ ਸਕੂਲੋਂ ਘਰ ਵਾਪਸ ਆਣ ਕੇ ਆਪਾਂ ਇਕੱਠੇ ਗੇਮਾਂ ਖੇਡਣੀਆਂ, ਗੱਲਾਂ ਕਰਨੀਆਂ 24 ਘੰਟੇ ਹੀ, ਤੇ ਨਾਲੇ ਸਾਈਕਲਿੰਗ ਵੀ ਕਰਿਆ ਕਰਨੀਆਂ ਆਪਾਂ ਦੋਵਾਂ ਨੇ ਇਕੱਠੇ। ਮੇਰੇ ਕੋਲ ਹੁੰਦੀ ਸੀ ਨਿੱਕੀ ਸਾਈਕਲ, ਜਿਹੜੀ 3rd ਕਲਾਸ ਦੇ ਨਿਆਣੇ ਚਲਾਉਂਦੇ ਆ, ਉੱਦਾਂ ਮੈਂ ਵੀ 3rd 'ਚ ਹਾਂ, ਅਤੇ 3rd ਦੇ ਹਿਸਾਬ ਨਾਲ ਮੇਰੇ ਕੋਲ ਸਹੀ ਸੀ ਸਾਈਕਲ, ਅਤੇ ਸੱਜਣ ਕੋਲ ਹੁੰਦਾ ਸੀ ਵੱਡਾ ਸਾਈਕਲ। ਹੁਣ ਤੁਸੀਂ ਆਪ ਹੀ ਸੋਚੋ, ਜਦੋਂ ਇੱਕ ਨਿੱਕਾ ਜਿਹਾ ਬੱਚਾ ਵੱਡੀ ਸਾਈਕਲ ਵੇਂਦਾ ਵਾ, ਉਹਨੇ ਤਾਂ ਐਕਸਾਈਟਡ ਹੋਣਾ ਹੀ ਆ ਵੱਡੀ ਸਾਈਕਲ ਚਲਾਉਣ ਦੇ ਲਈ। ਫਿਰ ਕੁਝ ਦਿਨਾਂ ਬਾਅਦ ਸਾਨੂੰ ਗਰਮੀ ਦੀਆਂ ਛੁੱਟੀਆਂ ਪੈ ਗਈਆਂ, ਤੇ ਸਜਨ ਨੇ ਇੱਕ ਪਲਾਨ ਬਣਾਇਆ ਛੁੱਟੀਆਂ ਦੇ ਲਈ, ਕਿ ਉਹਨੇ ਛੁੱਟੀਆਂ 'ਚ ਨਾਨਕੇ ਚਲ ਜਾਣਾ ਵਾ। ਫਿਰ ਮੈਂ ਸਜਨ ਬਿਨਾਂ ਟੀਵੀ ਵੇਖਣਾ ਸ਼ੁਰੂ ਕਰਤਾ, ਪਰ ਇੱਕ ਟਾਈਮ ਦੇ ਬਾਅਦ ਟੀਵੀ ਵੇਖਣਾ ਵੀ ਮੇਰੇ ਲਈ ਬਹੁਤ ਜ਼ਿਆਦਾ ਬੋਰਿੰਗ ਹੋ ਗਿਆ। ਫਿਰ ਕੁਝ ਦਿਨਾਂ ਬਾਅਦ ਸਚਿਨ ਆਪਣੇ ਨਾਨਕੇ ਤੋਂ ਘਰ ਵਾਪਸ ਆ ਗਿਆ, ਫਿਰ ਆਪਾਂ ਦੋਵੇਂ ਮਿਲੇ ਗਿਲੇ। ਫਿਰ ਨਾ ਮੈਂ ਨਾ ਇੱਕ ਪਲਾਨ ਬਣਾਇਆ ਕਿ ਆਪਾਂ ਦੋਵੇਂ ਸਾਈਕਲਿੰਗ ਕਰਨ ਜਾਂਦੇ ਹਾਂ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਮੈਂ ਪਹਿਲਾਂ ਹੀ ਬਹੁਤ ਜ਼ਿਆਦਾ ਐਕਸਾਈਟਡ ਸੀ ਸਚਿਨ ਦਾ ਸਾਈਕਲ ਚਲਾਉਣ ਦੇ ਲਈ। ਫਿਰ ਮੈਂ ਤੇ ਸਚਿਨ ਆਪਾਂ ਦੋਵੇਂ ਸਾਈਕਲਿੰਗ ਦੇ ਲਈ ਚੱਲ ਗਏ ਸਕੂਲ ਵੱਲ। ਫਿਰ ਨਾ ਮੈਂ ਨਾ ਸਕੂਲ ਲਾਗੇ ਪਹੁੰਚ ਕੇ ਮੈਂ ਸਚਿਨ ਨੂੰ ਆਖਿਆ ਕਿ ਯਾਰ ਮੈਨੂੰ ਤੇਰੀ ਨਾ ਸਾਈਕਲ ਬੜੀ ਪਸੰਦ ਹੈ, ਮੈਂ ਚਲਾਉਣੀ ਹੁਣ ਸਾਈਕਲ ਜਾਂਦਿਆਂ ਵਾਰੀ। ਸਚਿਨ ਆਂਦਾ ਚੱਲ ਭਰਾ ਤੂੰ ਚਲਾ ਲਾ, ਮੈਂ ਕਿਹੜਾ ਤੈਨੂੰ ਡੱਕਿਆ। ਉਹ ਇੱਕ ਹੋਰ ਗੱਲ, ਜਿਹੜਾ ਸਚਿਨ ਦਾ ਸਾਈਕਲ ਸੀ ਉਹ 'ਚ ਬ੍ਰੇਕਾਂ ਨਹੀਂ ਸੀ ਹੈਗੀ, ਤੁਸੀਂ ਵੀ ਸੋਚਦੇ ਪਏ ਹੋਗੇ ਤੇ ਫਿਰ ਉਹਨੂੰ ਰੋਕੀਦਾ ਕਿੱਦਾਂ ਸੀ। ਸਾਈਕਲ ਨੂੰ ਰੋਕਣ ਦਾ ਇੱਕੋ ਤਰੀਕਾ ਸੀ ਕਿ ਉਹਨੂੰ ਪੈਰਾਂ ਨਾਲ ਰੋਕੋ, ਜਿੱਦਾਂ ਕੁੜੀਆਂ ਆਪਣੀਆਂ ਸਕੂਟਰੀਆਂ ਰੋਕਦੀਆਂ ਵਾ। ਉਦਾਂ ਮੈਂ ਇੱਕ ਦੋ ਵਾਰੀ ਪਹਿਲਾਂ ਵੀ ਉਹਦਾ ਸਾਈਕਲ ਚਲਾਇਆ, ਤੇ ਇਸ ਲਈ ਮੈਂ ਟ੍ਰੇਨਡ ਹਾਂ ਉਹਨੂੰ ਰੋਕਣ ਦਾ। ਪਰ ਮੇਰੀ ਕਿਸਮਤ, ਓਹੋ, ਰਹਿਣੀ ਦੋ ਤੇ ਵਧੀਆ। ਸਾਡੇ ਨੇਬਰਸ ਘਰ ਬਣਾਉਂਦੇ ਪਏ ਸੀ, ਹੁਣ ਤੁਹਾਨੂੰ ਵੀ ਪਤਾ ਹੀ ਆ ਕਿ ਘਰ ਬਣਾਉਂਦਿਆਂ ਬਜਰੀ ਦਾ ਯੂਜ਼ ਹੁੰਦਾ ਵਾ ਜਾਂ ਸੀ, ਤੇ ਉਹ ਬਜਰੀ ਨੂੰ ਰੱਖਿਆ ਕਿੱਥੇ ਜਾਂਦਾ ਵਾ? ਹਾਂਜੀ, ਗਲੀ। ਮੈਂ ਤੇ ਸਚਿਨ ਪੂਰੇ ਚਿੱਲ ਕਰਦੇ ਹੋਏ ਗੱਲਾਂ ਮਾਰਦੇ ਹੋਏ ਆਉਣ ਡਏ ਆ। ਸਾਡੇ ਘਰ ਵਾਲੀ ਗਲੀ ਆ, ਉੱਥੇ ਇੱਕ ਮੋਰ ਤੇ ਢਲਾਣ ਆ, ਪਰ ਜਿਹੜਾ ਢਲਾਣ ਆ ਉਹਦੇ ਤੇ ਸਾਡੇ ਗਵਾਂਢੀਆਂ ਦੀ ਬਜਰੀ ਖਿਲਰੀ ਆ, ਪਰ ਢਲਾਣ ਤੋਂ ਤੇ ਬੰਦੇ ਨੂੰ ਹੌਲੀ ਕਰਨਾ ਹੀ ਪੈਂਦਾ ਸਾਈਕਲ। ਪਰ ਸਚਿਨ ਵਾਲੇ ਸਾਈਕਲ ਦੀ ਅੰਦਰ ਬ੍ਰੇਕਾਂ ਵੀ ਨਹੀਂ ਹੈਗੀਆਂ, ਇਸ ਲਈ ਮੈਂ ਉਹਨੂੰ ਪੈਰਾਂ ਨਾਲ ਹੌਲੀ ਕਰਨ ਦੀ ਕੋਸ਼ਿਸ਼ ਕਰਦਾ ਵਾਂ, ਪਰ ਜਿਹੜੀ ਬਜਰੀ ਆ ਉਹ ਮੇਰੇ ਪੈਰਾਂ ਹੇਠੇ ਆ ਜਾਂਦੀ ਆ, ਤੇ ਮੈਂ ਡਿੱਗ ਜਾਂਦਾ ਵਾਂ। ਨਾ ਹੀ ਪੁੱਛੋ ਮੈਂ ਕਿੱਦਾਂ ਡਿੱਗਿਆ, ਤੇ ਉਨਾ ਹੀ ਵਧੀਆ ਵਾ। ਤੇ ਸਚਿਨ ਜੀ ਮੇਰੇ ਲਾਗੇ ਖੜ ਕੇ ਮੈਨੂੰ ਵੇਂਦੇ ਪਏ, ਆ ਕੀ ਹੋ ਗਿਆ? ਤੇ ਮੈਂ ਬੋਸ਼, ਪਰ ਹਾਂ ਮੈਨੂੰ ਸਾਰੀ ਹੋ ਸੀ ਕਿ ਹੁਣ ਕੀ ਡਿਆ ਵਾ, ਚੱਲਣ ਕੀ ਡਿਆ ਵਾ, ਪਰ ਮੈਂ ਹਿੱਲਣ ਦੀ ਹਾਲਤ ਵਿੱਚ ਨਹੀਂ ਸੀ। ਤੇ ਸਚਿਨ ਜੀ ਲਾਗੇ ਖੜ ਕੇ ਵੇਂਦੇ ਪਏ ਕਿ ਇਹ ਬਾਬੂ ਕਿਆ ਹੋ ਗਿਆ, ਤੇ ਸਜਨ ਦੇ ਪਿੱਛੇ ਉਹਦੇ ਡੈਡੀ ਆਉਂਦੇ ਪਏ, ਤੇ ਉਹਨਾਂ ਨੇ ਜਦੋਂ ਮੈਨੂੰ ਵੇਖਿਆ ਕਿ ਮੇਰਾ ਤੇ ਖੂਨ ਵਗਦਾ ਪਿਆ ਵਾ, ਬੁੱਲ ਤੇ ਮੇਰਾ ਮਤਲਬ ਕਿ ਖੁੱਲ ਹੀ ਗਿਆ, ਜਿੱਦਾਂ ਨਿੰਬੂ ਨਹੀਂ ਨਿਚੋੜੀ ਦਾ, ਉੱਦਾਂ ਮੇਰੇ ਬੁੱਲ 'ਚ ਲਹੂ ਵਗਣ ਡਿਆ ਵਾ, ਕਮੀਜ਼ ਮੇਰੀ ਪੂਰੀ ਭਿੱਜ ਗਈ ਸੀ ਲਹੂ ਨਾਲ। ਫਿਰ ਸਚਿਨ ਦੇ ਡੈਡੀ ਨੇ ਮੈਨੂੰ ਚੁੱਕਿਆ ਤੇ ਮੈਨੂੰ ਮੇਰੇ ਘਰ ਲੈ ਗਏ। ਹੁਣ ਜਦੋਂ ਤੁਹਾਡਾ ਸਪੁੱਤਰ ਪੂਰੀ ਕਮੀਜ਼ ਉਹਦੀ ਲਹੂ ਨਾਲ ਭਿੱਜੀ ਹੋਵੇ, ਤੇ ਮੰਮਾ ਕੀ ਕਰਨਗੇ? ਹਾਂਜੀ ਜੀ, ਮੰਮਾ ਮੇਰੇ ਰੋਣ ਡੈ ਪਈ, ਪਰ ਮੰਮਾ ਮੇਰੇ ਸ਼ੋਕ 'ਚ ਵੀ ਆ ਹੋਇਆ ਕਿੱਦਾਂ? ਤੇ ਮੈਨੂੰ ਮੇਰੀ ਮੰਮਾ ਨੇ ਗੋਦੀ ਚੁੱਕਿਆ ਤੇ ਡਾਕਟਰ ਕੋਲ ਲੈ ਗਏ। ਪਰ ਸੋਚਣ ਵਾਲੀ ਗੱਲ ਤਾਂ ਆ ਵਾ ਕਿ ਮੇਰਾ ਤਾਂ ਬੁੱਲ ਪਾਟਾ ਸੀ, ਤੇ ਮੈਨੂੰ ਗੋਦੀ 'ਚ ਕਾਹਤੋਂ ਚੁੱਕਿਆ ਸੀ? ਸ਼ਾਇਦ ਲੱਤ 'ਤੇ ਵੀ ਸੱਟ ਲੱਗੀ ਹੋਊਗੀ, ਲੱਗ ਸਕਦੀ ਆ। ਫਿਰ ਜਦੋਂ ਡਾਕਟਰ ਨੇ ਮੈਨੂੰ ਵੇਖਿਆ ਤੇ ਡਾਕਟਰ ਨੇ ਮੰਮਾ ਨੂੰ ਆਖਿਆ ਕਿ ਇਹਦੇ ਬੁੱਲ 'ਤੇ ਤਾਂ ਟੀਕੇ ਲਾਉਣੇ ਪੈਣੇ ਆ। ਐਜ਼ ਯੂਜ਼ੁਅਲ ਇਹ ਸੁਣਨ ਤੋਂ ਬਾਅਦ ਮੰਮਾ ਮੇਰੇ ਰੋਣ ਡੈ ਪਏ ਕਿ ਉੱਦਾਂ ਵੀ ਰੋਣਾ ਵੀ ਬਣਦਾ ਹੀ, ਕਿਉਂਕਿ ਮੈਂ 9 ਸਾਲ ਦੇ ਬੱਚੇ ਨੂੰ ਜਦੋਂ ਟੀਕੇ ਲੱਗਣ ਹਰ ਇੱਕ ਮਾਂ ਦਾ ਰੋਣਾ ਨਿਕਲ ਹੀ ਜਾਂਦਾ ਵਾ। ਤੇ ਮੰਮਾ ਨੇ ਰੋਂਦੇ ਰੋਂਦੇ ਆਖਤਾ ਡਾਕਟਰ ਸਾਹਿਬ ਨੂੰ ਕਿ ਲਾ ਦਿਉ ਫਿਰ ਟੀਕੇ ਲਾ ਦਿਉ, ਤੇ ਡਾਕਟਰ ਸਾਹਿਬ ਨੇ ਆਹ ਸੁਣਨ ਤੋਂ ਬਾਅਦ ਮੇਰੇ ਬੋਲ 'ਤੇ ਟੀਕਾ ਲਾਇਆ, ਤੇ ਉਸ ਤੋਂ ਬਾਅਦ ਮੇਰੇ ਬੋਲ 'ਤੇ ਟੀਕੇ ਵੀ ਲਾ ਦਿੱਤੇ। ਮੈਨੂੰ ਟੀਕੇ ਲੱਗਦੇ ਹੋਏ ਵੇਖ ਕੇ ਮੰਮਾ ਜੀ ਰੋਣ ਡੈ ਪਏ, ਤੇ ਮੈਂ ਮਿੱਠਾ ਮਿੱਠਾ ਹੱਸਦਾ ਪਿਆ। ਤੇ ਕੁਝ ਦਿਨਾਂ ਬਾਅਦ ਮੇਰਾ ਬੁੱਲ ਪਕੌੜੇ ਵਾਂਗ ਸੁੱਜ ਗਿਆ, ਤੇ ਕੁਝ ਦਿਨਾਂ ਬਾਅਦ ਮੈਂ ਡਾਕਟਰ ਸਾਹਿਬ ਕੋਲ ਜਾ ਕੇ, ਤੇ ਜਿਹੜੇ ਉਹ ਧਾਗੇ ਨਾਲ ਜਾਂ ਥਿਨ ਵਾਇਰ ਨਾਲ ਡਾਕਟਰ ਸਾਹਿਬ ਨੇ ਮੈਨੂੰ ਟੀਕੇ ਲਾਏ ਸੀ, ਤੇ ਕੁਝ ਦਿਨਾਂ ਬਾਅਦ ਜਾ ਕੇ ਮੈਂ ਉਹ ਧਾਗਾ ਵੀ ਬੁੱਲ ਤੋਂ ਬਾਹਰ ਕਢਾ ਲਿਆ, ਤੇ ਹਜੇ ਥੋੜ੍ਹੇ ਜਿਹੇ ਟਾਈਮ ਬਾਅਦ ਮੇਰਾ ਬੁੱਲ ਫਿਰ ਨੋਰਮਲ ਹੋ ਗਿਆ। ਪਰ ਬੁੱਲ ਪਾਟਣ ਦਾ ਮੈਨੂੰ ਇੱਕ ਬੈਨੀਫਿਟ ਵੀ ਹੋ ਗਿਆ ਕਿ ਮੈਨੂੰ ਸਕੂਲ ਦਾ ਕੋਈ ਕੰਮ ਨਹੀਂ ਕਰਨਾ ਪਿਆ, ਤੇ ਫਿਰ ਮੈਂ ਸਾਰੀਆਂ ਛੁੱਟੀਆਂ 'ਚ ਡੋਰੀਮੋਨ ਵੇਖਿਆ ਐਨ ਮਜ਼ੇ ਨਾਲ, ਕੋਈ ਟੈਨਸ਼ਨ ਨਹੀਂ। ਤੇ ਫਿਰ ਮੈਂ ਜਦੋਂ ਸਕੂਲੇ ਗਿਆ ਤੇ ਟੀਚਰ ਨੇ ਮੈਨੂੰ ਪੁੱਛਿਆ ਤੂੰ ਕੰਮ ਕਿਉਂ ਨਹੀਂ ਕੀਤਾ, ਤੇ ਫਿਰ ਮੈਂ ਟੀਚਰ ਨੂੰ ਦੱਸਿਆ ਕਿ ਮੈਮ ਮੇਰਾ ਤਾਂ ਬੁੱਲ ਫਟ ਗਿਆ ਸੀ ਮੈਮ, ਇਸ ਲਈ ਮੇਰੇ ਕੋਲ ਕੰਮ ਨਹੀਂ ਹੋਇਆ ਮੈਮ, ਤੇ ਮੈਂ ਤਾਂ ਚੰਗੇ ਪਖੰਡ ਕੀਤੇ, ਮੈਂ ਤਾਂ ਕੰਮ ਕਰੂ ਸੂ ਬਟ ਮੇਰਾ ਤਾਂ ਬੁੱਲ ਫਟ ਗਿਆ ਸੂ, ਇਸ ਲਈ ਮੈਂ ਕੰਮ ਨਹੀਂ ਕਰੂ ਸੀ ਮੈਡਮ, ਮੈਡਮ ਤੂੰ ਕੰਮ ਕਰਨਾ ਸੂ। ਤੇ ਮੈਡਮ ਵੀ ਲਾਈਕ ਬਸ ਕਰ ਬਾਈ ਬੰਦ ਕਰਤੇ। ਗਾਇਸ ਤੁਸੀਂ ਹਜੇ ਵੀ ਵੇਖ ਸਕਦੇ ਜੇ ਮੇਰਾ ਬੁੱਲ ਪਾਟਾ, ਦੇਖੋ ਆਹ ਸੀ ਮੇਰੀ ਬੁੱਲ ਪਾਟਣ ਵਾਲੀ ਸਟੋਰੀ, ਸ਼ਾਇਦ ਤੁਹਾਨੂੰ ਵੀ ਵਧੀਆ ਲੱਗੀ ਹੋਊਗੀ।
ਇਹਦੇ ਨਾਲ ਹੀ ਮੈਂ ਆ ਸਟੋਰੀ ਟਾਈਮ ਵੀਡੀਓਜ਼ ਨੂੰ ਖਤਮ ਕਰਦਾ ਵਾਂ। ਮਿਲਦੇ ਨੈਕਸਟ ਸਟੋਰੀ ਟਾਈਮ ਵੀਡੀਓ 'ਚ ਜਾਂ ਨਿਊ ਵਲੌਗ 'ਚ ਜੋ ਕੱਲ੍ਹ ਹੋਣਾ ਹੈ। ਥੈਂਕਸ ਫੋਰ ਵਾਚਿੰਗ, ਬਾਏ।